ਹੁਣ ਅਸੀਂ ਆ ਗਏ ਬਾਈ ਨਾਂਬਾ ਸਿਟੀ ਦੇ ਵਿੱਚ। ਠੀਕ ਹੈ, ਨਾਂਬਾ ਸਿਟੀ ਦੇ ਦੋ ਤਿੰਨ ਬੋਰੀ ਏਰੀਆ 'ਚ ਅਸੀਂ ਜਾ ਰਹੇ ਹਾਂ, ਜਿਹੜਾ ਬਹੁਤ ਮਸ਼ਹੂਰ ਆ। ਆਇਆ ਕਿ ਸੀਟਾਂ ਦੀ ਵੈਂਡਿੰਗ ਮਸ਼ੀਨ ਦੇਖੋ, ਸਾਰੀਆਂ ਸੀਟਾਂ ਸਾਰੇ ਬ੍ਰਾਂਡ ਰੱਖੇ ਉਹਨਾਂ ਨੇ। ਝੱਕ ਦੋ ਫੱਟੇ ਕਿਹਨੇ ਪਣੀ ਪੀਣੀ ਆ, ਕਿਹਨੇ ਆਪਣੇ ਫੇਫੜੇ ਸਾੜਨੇ ਨਾ, ਘੱਟੇ ਘੱਟ ਪੀ ਜਾਓ। ਆ ਦੇਖੋ ਵੈਂਡਿੰਗ ਮਸ਼ੀਨ, ਲਾਈਨ 'ਚ ਲੱਗੀਆਂ ਵੈਂਡਿੰਗ ਮਸ਼ੀਨ, ਇੱਥੇ ਪੈਸੇ ਪਾਈ ਜਾਓ, ਕੱਢੀ ਜਾਓ। ਜੇ ਤੁਸੀਂ ਓਸਾਕਾ ਸ਼ਹਿਰ ਆਏ ਔਰ ਆਹ ਬੰਦਾ ਨਹੀਂ ਦੇਖਿਆ ਨਾ ਖੜਾ, ਇੱਥੇ ਫੋਟੋ ਨਹੀਂ ਖਿਚਾਈ, ਤਾਂ ਤੁਹਾਡਾ ਆਉਣਾ ਸਫਲ ਨਹੀਂ ਹੈਗਾ। ਆਹ ਦੇਖੋ ਕਰੰਸੀ ਐਕਸਚੇਂਜ ਦੀ ਮਸ਼ੀਨ ਲੱਗੀ ਹੋਈ ਆ, ਡਾਲਰ ਪਾ ਕੇ ਆਪਣੀ ਜਾਂ ਕੋਈ ਵੀ ਕਰੰਸੀ ਪਾ ਜਿਹੜੀ ਜਾਂ ਕਰੰਸੀ ਲਿਖੀ ਹੋਈ ਨਾ, ਜਗ੍ਹਾ ਤੁਹਾਨੂੰ ਜਨ ਨਿਕਲਿਆ। ਠੀਕ ਹੈ, ਅਸੀਂ ਹੈਗਾ ਜੀ ਸਾਰਾਸਾ ਹੋਟਲ। ਅੱਜ ਤੋਂ 3 ਸਾਲ ਪਹਿਲਾਂ ਵੀ ਇੱਥੇ ਚੈਕਿੰਗ ਕੀਤੀ ਸੀ, ਇਹੀ ਸੀ ਨਾ ਬਣਿਆ ਹੋਵੇ। ਨੋ ਸਮੋਕਿੰਗ, ਯੈਸ ਗੁੱਡ ਐਂਡ ਵੈਲ ਪੇ ਨਾਓ, ਆਲਰੇਡੀ ਪੇ, ਥੈਂਕ ਯੂ। ਹਾਂ ਉਹ ਕਾਰਡ 'ਚ ਕੱਟ ਹੋ ਗਿਆ ਨਾ, ਲਓ ਜੀ 309। ਹਾਂ ਅਸੀਂ ਹੈਗੇ ਸਾਰਾਸਾ ਹੋਟਲ ਸ਼ਿਨ ਓਸਾਕਾ, ਆਹ 309 ਫੀਟ ਲੱਗੀ ਹੈ ਤੇ। ਲਓ ਜੀ ਆ ਜਾ ਬਈ ਵੀਰੇ, ਠੀਕ ਹੈ, ਸੋਹਣਾ ਹੀ ਆ। ਹਾਂ ਪਰ ਹੈਗਾ ਸਾਫ ਸੁਥਰਾ। ਅਸੀਂ ਜਾ ਰਹੇ ਨਾਂਬਾ ਸਿਟੀ, ਨਾਂਬਾ ਸਟੇਸ਼ਨ ਜਾ ਰਹੇ ਹਾਂ, ਉੱਥੋਂ ਬਾਅਦ ਦੋ ਤਿੰਨ ਬੋਰੀ ਜਾਵਾਂਗੇ। ਠੀਕ ਹੈ ਨਾ, ਘੁੰਮਾਂਗੇ ਤਾਂ ਦੋ ਤਿੰਨ ਬੋਰੀ ਕਿਹੜਾ ਹੈਗਾ। ਤਾਂ ਇਸ ਵੇਲੇ ਹੈਗਾ ਅਸੀਂ ਸ਼ਿਨ ਓਸਾਕਾ ਸਟੇਸ਼ਨ 'ਤੇ ਹਾਂ। ਆਹ ਟ੍ਰੇਨ ਆ ਰਹੀ ਹੈ, the train on platform 1 is bound for Nakamazu. ਨਾਲੇ ਖੁੱਲ ਜਾਣੇ ਫਾਟਕ, ਜੇ ਆ ਫਾਟਕ ਨਾਲੇ ਖੁੱਲ ਜਾਣੇ ਆ। ਆ ਲਿਖਿਆ ਲਓ ਜੀ ਅਸੀਂ ਆ ਗਏ ਨਾਂਬਾ ਸਿਟੀ ਦੇ ਵਿੱਚ, ਹੁਣ ਅਸੀਂ ਜਾ ਰਹੇ ਦੋ ਤਿੰਨ ਬੋਰੀ। ਤਾਂ ਦੇਖੋ ਬਿਲਡਿੰਗਾਂ ਦੇਖੋ, ਇੱਥੇ ਜਪਾਨ ਜਿਹੜਾ ਜਗਮਗਾਉਂਦਾ ਪੂਰਾ, ਵਧੀਆ ਲੱਗਦਾ। ਆਪਣੀ ਉਹੀ ਲਾਈਟ ਆ, ਇੰਡੀਆ ਵਾਂਗੂ ਨਹੀਂ ਜੰਪ ਲਾ ਕੇ ਦੌੜ ਜਾਓ। ਠੀਕ ਆ, ਹੁਣ ਉਹ ਸਿੱਧੇ ਅੱਗੇ ਜਾ ਕੇ ਸਾਈਡ ਤੋਂ ਆ। ਇੱਥੇ ਮੋਸਟਲੀ ਜਿਹੜੀ ਬਿਲਡਿੰਗਾਂ ਜਿਹੜੀ ਦੁਕਾਨਾਂ ਵਗੈਰਾ ਹੈਗੀ ਨਾ, ਇੱਥੇ ਜਿਹੜੀ ਮੋਸਟਲੀ ਦੁਕਾਨਾਂ ਇੱਥੇ 8-9 ਵਜੇ ਤਾਂ ਬੰਦ ਹੋ ਜਾਣ ਲੱਗ ਪੈਂਦੀਆਂ। ਪਤਾ ਨਹੀਂ ਕੀ ਚੱਕਰ ਜਪਾਨ ਦਾ, ਮੈਨੂੰ ਸਮਝ ਲੱਗੀ ਇੰਨੀ ਹੈਪਨਿੰਗ ਪਲੇਸ ਹੈਗੀਆਂ ਇਹ, ਤਾਂ ਇਹ ਜਲਦੀ ਬੰਦ ਹੋ ਜਾਂਦੀਆਂ। ਇਸ ਕਰਕੇ ਜੇ ਇੰਜੋਏ ਕਰਨਾ ਤਾਂ ਸਵੇਰ ਜਲਦੀ ਜਲਦੀ ਨਿਕਲੋ, ਸ਼ਾਮ ਨੂੰ 5-6 ਵਜੇ ਇੰਜੋਏ ਕਰੋ। 8 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ, 9 ਵਜੇ ਘਰ ਨੂੰ ਆ ਜਾਓ।
ਆਹ ਦੇਖੋ ਜੀ ਵੈਂਡਿੰਗ ਮਸ਼ੀਨ ਆ, ਆਈਸਕ੍ਰੀਮ ਦੀ ਵੈਂਡਿੰਗ ਮਸ਼ੀਨ ਹੈਗੀ ਇੱਥੇ, ਠੀਕ ਹੈ। ਆਹ ਦੇਖੋ ਆਈਸਕ੍ਰੀਮ ਦੀ ਵੈਂਡਿੰਗ ਮਸ਼ੀਨ ਵੀ ਆ, ਉਹ ਤੋਂ ਬਾਅਦ ਆਹ ਸੋਈ ਜੋਈ ਲੈਣੀ ਹੋਵੇ ਉਹਦੀ ਵੈਂਡਿੰਗ ਮਸ਼ੀਨ ਵੀ ਹੈਗੀ ਆ, ਠੀਕ ਹੈ। ਜਿੱਦਾਂ ਵਾਟਰ ਵਗੈਰਾ ਲੈਣਾ, ਕੁਛ ਲੈਣਾ, ਜੂਸ ਲੈਣੇ ਆ। ਆਹ ਦੇਖੋ ਵੈਂਡਿੰਗ ਮਸ਼ੀਨ, ਲਾਈਨ 'ਚ ਲੱਗੀਆਂ ਵੈਂਡਿੰਗ ਮਸ਼ੀਨ, ਇੱਥੇ ਪੈਸੇ ਪਾਈ ਜਾਓ, ਕੱਢੀ ਜਾਓ, ਖਾਈ ਜਾਓ, ਪੀ ਜਾਓ, ਸ਼ੁਕਰ ਵਧਾ ਲਓ ਆਪਣੀ। ਆਹ ਦੇਖੋ ਮੌਨਸਟਰ 210 ਰੁਪਏ ਦੀ, ਯਾਨੀ 100 ਰੁਪਏ ਦੀ ਇੰਡੀਆ ਦੀ, ਆਲਮੋਸਟ 80-90-100 ਰੁਪਏ ਦੀ ਆ। ਆਹ ਦੇਖੋ ਪੁਕਾਰੀ ਪਈ ਆ ਇੱਥੇ, ਰੇਟ ਸਹੀ ਆ, ਕੋਈ ਜ਼ਿਆਦਾ ਨਹੀਂ ਹੈਗਾ ਯਾਰ। ਮਸ਼ੀਨਾਂ ਵੀ ਲਾਈਆਂ, ਸਾਰੀ ਦਿਹਾੜੀ ਵੀ ਇਹਦੀ ਚੱਲਦੀ ਇਹਨਾਂ ਦੀ। ਆਹ ਪਹਿਲਾਂ ਤੁਹਾਨੂੰ ਵੈਂਡਿੰਗ ਮਸ਼ੀਨ ਦਿਖਾਈ ਸੀ ਜੂਸ ਦੀ, ਆਈਸਕ੍ਰੀਮ ਦੀ, ਹੁਣ ਦੇਖੋ ਆ ਹੈਗੀ ਸਿਗਟਾਂ ਦੀ ਵੈਂਡਿੰਗ ਮਸ਼ੀਨ। ਦੇਖੋ ਸਾਰੀਆਂ ਸਿਗਟਾਂ, ਸਾਰੇ ਬ੍ਰਾਂਡ ਰੱਖੇ ਉਹਨਾਂ ਨੇ, ਠੀਕ ਆ। ਲੱਕੀ ਸਟ੍ਰਾਈਕ ਤਾਂ ਬਹੁਤ ਚੱਲਦੀ ਹੁੰਦੀ ਸੀ, ਫਿਲੀਪੀਨ 'ਚ ਬਹੁਤ ਚੱਲਦੀ, ਠੀਕ ਹੈ। 600-600 ਜਿੰਨ ਦੀ ਇੱਕ ਡੱਬੀ ਆ। ਆਹ ਦੇਖੋ ਕਿੱਦਾਂ ਸਾਰੇ ਆ, ਮੇਬੀਓਸ, ਕੈਮਿਲ, ਸਾਰੇ ਬ੍ਰਾਂਡ ਦਾ ਕਿਹਾ ਤੇ ਝੱਕ ਦੋ ਫੱਟੇ, ਕਿਹਨੇ ਪਣੀ ਪੀਣੀ ਆ, ਕਿਹਨੇ ਆਪਣੇ ਫੇਫੜੇ ਸਾੜਨੇ ਨਾ, ਘੱਟੇ ਘੱਟ ਪੀ ਜਾਓ, ਕੋਈ ਚੱਕਰ ਨਹੀਂ ਹੈਗਾ ਇੱਥੇ। ਇਹ ਏਰੀਆ ਨਾਂ ਹੈਗਾ ਦੌਤਨ ਬੋਰੀ, ਠੀਕ ਆ। ਤਾਂ ਇੱਥੇ ਯਾਨੀ ਬਹੁਤ ਮਸ਼ਹੂਰ ਇੱਕ ਪੁਲੋਈ ਹੈਗਾ, ਉੱਥੇ ਲੋਕ ਫੋਟੋ ਵੁੱਖ ਜਾਂਦੇ ਆ। ਹਾਂ, ਪੂਰਾ ਛੱਤਿਆ ਪਿਆ ਇਹ ਦੇਖੋ, ਅਤੇ ਪੂਰੀ ਮਾਰਕੀਟ ਛੱਤੀ ਹੋ ਪਈ ਆ, ਬੰਦ ਹੋਣ ਲੱਗ ਪਈ ਕਿਉਂਕਿ 8 ਵਜੇ ਗਏ, 9:45 ਹੀ ਹੋ ਗਏ, 9 ਵਜੇ ਬੰਦ ਕਰ ਦਿੰਦੇ ਸਾਰਾ ਕੁਛ। ਸਟਾਰਬਕਸ ਵੀ ਆ ਜਾਣੀ ਆ, ਖਰਾ ਹੋਇਆ ਬੰਦ ਕਰ ਤਾ 10 ਘੰਟੇ। ਤਾਂ ਇਸ ਤੋਂ ਬਾਅਦ ਅਸੀਂ ਫਿਰ ਉਹ ਜਿੱਥੇ ਇੱਕ ਭਾਈ ਜਿਹਾ ਖੜਾ ਵਾ ਮੈਰਾਥੋਨ ਜਿਹਾ ਕਰਦਾ, ਉਹਦੀ ਫੋਟੋ ਖਿੱਚਣੀ ਬਸ। ਉਸ ਤੋਂ ਬਾਅਦ ਅਸੀਂ ਵਾਪਸ ਆਪਣੇ ਹੋਟਲ ਨੂੰ। ਇਹ ਆ ਜੀ ਦੌਤਨ ਬੋਰੀ, ਇਹਦੀ ਕ੍ਰੋਸਿੰਗ ਵਧੀਆ ਇੱਥੇ। ਕੇਕੜਾ ਦੇ ਪੈਰ ਹਿਲਾਉਂਦਾ ਆਪਣੇ, ਕਹਿੰਦਾ ਖਾ ਲਓ ਮੇਰੀ ਲੱਤਾਂ ਤੋੜ ਕੇ ਖਾ ਲਓ। ਇੱਥੇ ਇੱਦਾਂ ਦਾ ਸਮਾਨ ਬੋਲ, ਕੇਕੜੇ ਵਿਕਦੇ ਹੋਣ, ਡੱਡੂ ਵਿਕਦੇ ਹੋਣ, ਡੱਡੂ ਦੀ ਫੋਟੋ ਲਾਈ ਹੋਣੀ ਆ, ਮੱਛੀ ਵਿਕਦੀ, ਮੱਛੀ ਦੀ ਫੋਟੋ ਲਾਈ ਹੁੰਦੀ ਆ, ਫੋਟੋ ਯਾਨੀ ਕਿ ਬਣਾਇਆ ਹੁੰਦਾ, ਉਹਨੂੰ ਸਟਰਕਚਰ ਜਿਹਾ ਬਣਾਇਆ ਹੁੰਦਾ ਹਿਸਾਬ। ਆਹ ਮੇਨ ਜਗ੍ਹਾ ਜਿੱਥੇ ਲੋਕ ਘੁੰਮਦੇ ਆ, ਜਿਹੜੇ ਲੋਕ ਦੇਖਣ ਆਉਂਦੇ ਨਾ, ਇਹ ਮੇਨ ਜਗ੍ਹਾ ਇੱਥੇ ਪਾਸੇ ਆ। ਇੱਥੇ ਪੁਲਿਸ ਸਟੇਸ਼ਨ ਹੁੰਦਾ ਸੀ ਚੱਕਤਾ ਇਹਨਾਂ ਨੇ। ਆਹ ਦੇਖੋ ਮੇਨ ਹਾਲ ਹੈ, ਝੂਲਾ ਲੱਗਾ ਵਾ। ਲੋਕੀ ਇਹਨੂੰ ਦੇਖਣ ਆਉਂਦੇ ਵਾ ਜ਼ਿਆਦਾ, ਸਾਰਾ ਬੰਦਾ ਖੜਾ ਵਾ, ਬਹੁਤ ਟਾਈਮ ਦਾ ਪੁਰਾਣਾ ਲੱਗਾ ਹੋਇਆ ਬੋਰਡ 'ਚ। ਇਹ ਰਿਵਰ ਆ, ਅਤੇ ਬੋਟ ਵੀ ਚੱਲਦੀ ਵੈਸੇ। ਆਹ ਦੇਖੋ ਜੀ ਬੋਟ ਚੱਲਦੀ ਇੱਥੇ ਪਾਣੀ ਦੇ ਵਿੱਚ, ਇਹ ਤੁਹਾਨੂੰ ਪੂਰਾ ਘੁੰਮਾ ਕੇ ਲਿਆਉਂਦੀ ਆ, ਨਾਂਬਾ ਸਿਟੀ ਇੱਧਰ ਉੱਧਰ ਘੁੰਮਾ ਕੇ ਲੈ ਕੇ ਆਉਂਦੀ ਕੋਈ, ਠੀਕ ਆ। ਥੋੜ੍ਹਾ ਮੌਸਮ ਥੋੜ੍ਹਾ ਜਿਹਾ ਖਰਾਬ ਹੋ ਜਾਂਦਾ, ਨਹੀਂ ਮੀਂਹ ਪੈ ਰਿਹਾ, ਕੋਈ ਇੰਨੀ ਪ੍ਰੋਬਲਮ ਨਹੀਂ ਵੱਡੀ। H&M ਦਾ ਸ਼ੋਰੂਮ ਇੱਥੇ ਨਾਲੇ ਹੀ ਆ, ਉਹ ਉੱਪਰੇ ਸ਼ੋਰੂਮ ਹੈਗਾ, ਉੱਥੇ ਤੁਹਾਨੂੰ ਕੈਮਰੇ ਵਗੈਰਾ ਮਿਲ ਜਾਂਦੇ ਆ।
내가 그 군대가 저기였어. 저게 뭐 아주 와. 저게 이게 뭐야? 동키호테야 저거 동키호테. ਉਹੀ ਚੀਜ਼ ਬਣਾਈ ਇੱਕ ਤਰ੍ਹਾਂ ਕ੍ਰੋਸਿੰਗ ਦੀ ਆ ਆਪਾਂ ਆ ਗਏ ਨਾਂਬਾ ਸਿਟੀ ਦੇ ਵਿੱਚ ਨਾਂਬਾ ਸਿਟੀ ਤੁਤਨਪੋਰੀ ਹੈ ਤੁਤਨਪੋਰੀ ਦੇ ਵਿੱਚ ਆਪਾਂ ਆ ਮੇਨ ਜਗ੍ਹਾ ਇੱਥੇ ਦੀ ਆਹ ਅਟਰੈਕਸ਼ਨ ਆ ਜੀ ਇੱਥੇ ਮੇਨ ਇਹਨਾਂ ਦੀਆਂ ਦੇਖੋ ਇੱਕ ਪਿੱਛੇ ਨਾ ਬੰਦਾ ਆਹ ਵਾਲਾ ਮਾਰਾਥੋਨ ਜਿਹਾ ਕਰਦਾ ਇਹ ਘੱਟੋ ਘੱਟ ਵੇਲਾ 20-25 ਸਾਲ ਹੋ ਗਏ ਇੱਥੇ ਬਿਲਬੋਰਡ ਲੱਗਾ ਇਹ ਬਹੁਤ ਫੇਮਸ ਹੈ ਇਹ ਫਿਰ ਇੱਥੇ ਤੁਸੀਂ ਨਹੀਂ ਆਏ ਨਾ ਫਿਰ ਤੁਸੀਂ ਇਹਦਾ ਮਤਲਬ ਸਾਕਾ ਨਹੀਂ ਆਏ ਠੀਕ ਆ ਜੈਕ ਫਿਰ ਕਿੱਦਾਂ ਲੱਗ ਰਿਹਾ ਇੱਥੇ ਜਾਗਦਾ ਬਹੁਤ ਵਧੀਆ ਲੱਗ ਰਿਹਾ ਇੰਜੋਏ ਸੋਹਣੀ ਜਗ੍ਹਾ ਬਹੁਤ ਬਿਊਟੀ ਪੈਸੇ ਵਸੂਲ ਆ 100% ਬਾਕੀ ਇਹ ਜਗ੍ਹਾ ਜਿਹੜੀ ਨਾ ਇੱਕ ਤਰ੍ਹਾਂ ਦਾ ਸੈਂਟਰ ਪੁਆਇੰਟ ਹੈ ਸ਼ਹਿਰ ਦਾ ਸਾਕਾ ਦਾ ਸਾਕਾ ਸ਼ਹਿਰ ਦਾ ਜੇ ਤੁਸੀਂ ਸਾਕਾ ਸ਼ਹਿਰ ਆਏ ਔਰ ਆਹ ਬੰਦਾ ਨਹੀਂ ਦੇਖਿਆ ਨਾ ਖੜਾ ਇੱਥੇ ਫੋਟੋ ਨਹੀਂ ਖਿਚਾਈ ਤਾਂ ਤੁਹਾਡਾ ਆਉਣਾ ਸਫਲ ਨਹੀਂ ਹੈਗਾ ਯੂਜ਼ਲੈਸ ਆ ਹੁਣ ਅਸੀਂ ਜਾ ਰਹੇ ਹਾਂ ਬਈ ਸਟਾਰਬਕਸ ਦੇ ਦੇ ਕਿੰਨੀ ਕੁ ਲਾਈਨ ਲੰਬੀ ਲੱਗੀ ਵਾ ਲਾਈਨਾਂ ਤਾਂ ਬਹੁਤ ਲੱਗੀਆਂ ਹੁੰਦੀਆਂ ਇੱਥੇ ਓ ਯਾਰ ਸਟਾਰਬਕਸ ਦੀ ਲਾਈਨ ਬਹੁਤ ਲੱਗਦੀ ਇੱਥੇ ਦੇਖ ਲੈਂਦੇ ਹਾਂ ਜ਼ਿਆਦਾ ਲੰਬੀ ਲਾਈਨ ਆ ਫਿਰ ਰਹਿਣ ਦਿੰਦੇ ਹਾਂ ਹੋਰ ਕੋਈ ਸਟਾਰਬਕਸ ਚੱਲ ਜਾਂਦੇ ਹਾਂ ਉਹ ਦੇਖੋ ਜੀ ਮਿਰਜੀ ਚੋਕਲੇਟ ਬਣਾਉਂਦੇ ਨਾ ਉਹੀ ਆ ਮਿਰਜੀਆਂ ਜਿਹੜਾ ਗੋਲ ਦਾ ਆਹ ਹੈਗਾ ਵਾ ਕੇਕੜਾ ਪੈਰ ਪੂਰ ਹਿਲਦੇ ਹੁੰਦੇ ਵੇਲੇ ਦੇ ਕੌਫੀ ਲਈ ਆ ਜੀ 910 ਜੈਨ ਦੀਆਂ ਦੋ ਆਈਆਂ ਹੈਗੀਆਂ ਕੱਪ 'ਚ ਨੂੰ ਖਾਣ ਨੂੰ ਕੋਈ ਲਿਆ ਨਹੀਂ ਉਹ ਖਾ ਕੇ ਆਇਆ ਢਿੱਡ ਭਰਿਆ ਪਿਆ ਕਾਰਡ ਲੈ ਲਿਆ ਨਾ ਤੂੰ ਆਹ ਵਾਲਾ ਸਾਕਾ ਦਾ ਆਹ ਕਾਰਡ ਲਿਆ ਵਾ ਸਾਕਾ ਵਾਲਾ ਥੈਂਕ ਯੂ ਵੇਟਿੰਗ ਓਕੇ ਕਿਹਦੇ ਮੂਹਰੇ ਆਪਣੀ ਵਾਰੀ ਆਉਣੀ ਆ ਕਰੰਸੀ ਐਕਸਚੇਂਜ ਦੀ ਮਸ਼ੀਨ ਲੱਗੀ ਹੋਈ ਆ ਔਰ ਤੁਸੀਂ ਇੱਥੇ ਡਾਲਰ ਪਾ ਕੇ ਆਪਣੀ ਜਾਂ ਕੋਈ ਵੀ ਕਰੰਸੀ ਪਾ ਕੇ ਜਾਂ ਕਰੰਸੀ ਲਿਖੀ ਹੋਈ ਨਾ ਇਹ ਪਾ ਕੇ ਤੁਹਾਨੂੰ ਨਾ ਇੱਥੇ ਡਾਲਰ ਜਗ੍ਹਾ ਤੁਹਾਨੂੰ ਜੈਨ ਨਿਕਲਿਆ ਠੀਕ ਹੈ ਪਰ ਇਹਨਾਂ ਦੀ ਤੁਹਾਨੂੰ ਕਰੰਸੀ ਦਾ ਦੱਸਦਾ US ਡਾਲਰ ਜਿਹੜਾ ਨਾ ਇੱਕ ਇਸ ਵੇਲੇ ਹੈਗਾ ਵਾ 130 ਯੈਨ ਦਾ ਪਰ 124 ਦਿੰਦੇ ਆ ਕੱਟਦੇ ਆ 6 ਜਾਂਦੇ ਇਹਨਾਂ ਨੇ ਕੱਟ ਖਾਣੇ ਆ ਚੱਕ ਦਿੰਦੇ ਫੱਟੇ ਨਾਲ 6 ਜਾਂਦੇ ਇਸ ਕਰਕੇ ਜੇ ਤੁਸੀਂ 100 ਡਾਲਰ ਤੁੜਾਓਗੇ ਨਾ ਉਹਦੇ ਵਿੱਚ ਤੁਹਾਨੂੰ 600 ਰੁਪਏ ਦਾ ਘਾਟਾ ਪੈਣਾ ਦੇਖ ਲਓ ਘਾਟਾ ਖਾਣ ਨੂੰ ਤਿਆਰ ਆ ਤਾਂ ਕਰ ਲਿਓ 50,000 ਜੈਨ ਲੈਂਦੇ ਉਹ ਵੱਡੀ ਫੋਟੋ ਦਾ ਜਿਹੜੀ ਉੱਧਰ ਲੱਗੀ ਹੋਈ ਆ ਆਹ ਜਿਹੜੀ ਛੋਟੀ ਛੋਟੀ ਪਈਆਂ ਇਹਨਾਂ ਦੇ ਲੈਂਦੇ 2,000 ਆਹ ਦੇਖੋ ਇੱਦਾਂ ਲਿਖਣ ਦਾ ਨਾ ਪੇਂਟ ਕਰਨਾ ਉਹਨੂੰ ਪੇਂਟ ਕਲਰ ਮਹਿੰਗੇ ਹੁੰਦੇ ਨਾ ਅਸੀਂ ਬੈਠ ਗਏ ਜੀ ਨਾਰਾ ਵਾਲੀ ਟ੍ਰੇਨ ਦੇ ਵਿੱਚ ਜੀ ਆਰ ਲਾਈਨ ਦਾ ਤਾਂ ਇੱਕ ਰੁਪਈਆ ਵਸੂਲਣਾ ਸੀ ਇੱਕ ਰੁਪਈਆ ਵਸੂਲਣਾ ਮੈਂ ਕਿਹਾ ਜੀ ਆਰ ਲਾਈਨ ਦਾ ਜੀ ਆਰ ਆਪਾਂ ਛੱਡਣਾ ਨਹੀਂ
ਲੋ ਜੀ ਅਸੀਂ ਹੁਣ ਜੇ ਆਰ 'ਚ ਬੈਠੇ ਹਾਂ, ਜੇ ਆਰ ਦੀ ਲੋਕਲ ਟ੍ਰੇਨ 'ਚ ਤਾਂ ਹੁਣ ਅਸੀਂ ਜਾ ਰਹੇ ਹਾਂ ਓਸਾਕਾ, ਓਸਾਕਾ ਦੇ ਵਿੱਚ ਸਟੇਸ਼ਨ ਜਾ ਰਹੇ ਹਾਂ ਓਸਾਕਾ ਸਟੇਸ਼ਨ ਨੰਬਰ 011 ਕੀ ਹਾਲ ਚਾਲ ਰੋਬਰਟ ਕੀ ਕਰ ਰਿਹਾ ਹੈ